ਸਰ ਧਰਤੀ ਦੇ ਬੜੇ ਬੜੇ ਸਪੂਤ ਉਹਨਾਂ ਦੇ ਹਵਾਲੇ ਨਾਲ ਗੁਫ਼ਤਗੂ ਕਰ ਸਕਣ ਮੁਹਤਰਮ ਪ੍ਰੋਫੈਸਰ ਬਸ਼ੀਰ ਅਹਿਮਦ ਸੋਹ ਸਾਹਿਬ ਮਿਲਣੇ ਦੀ ਸਾਦਤ ਵੀ ਆ ਸਕਦੀ ਲੋਕ ਅੱਛੀ ਤਰ੍ਹਾਂ
ਜਾਣ ਲੈ ਕਿ ਜਲਾਲ ਬਾਬਾ ਦਾ ਸਿਆਸੀ ਕੱਦ ਕਾਠ ਇਸ ਲਿਹਾਜ਼ ਨਾਲ ਸਭ ਤੋਂ ਨਮਾਇਆ ਨਮਾਇਆ ਇਹ ਉਹ ਤਹਿਰੀਕ ਹੈ ਪਾਕਿਸਤਾਨ ਦੇ ਹਰਾਵਲ ਦਸਤੇ ਸ਼ਾਮਲ ਜਿਨ੍ਹਾਂ ਦੀ ਮਿਹਨਤ ਤੇ ਮੁਖਲਸਾਨਾ ਕੋਸ਼ਿਸ਼ਾਂ ਦਾ ਇਤਰਾਫ ਖੁਦ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵੀ ਕਰਦੇ ਫਾਤਿਹ ਰਿਫਰੈਂਡ ਸੂਬਾ ਸਰਹੱਦ ਦਾ ਐਜ਼ਾਜ਼ ਹਾਸਲ ਕਰਨ ਵਾਲੇ ਜਲਾਲ ਬਾਬਾ ਲੋਕਾਂ ਦੇ ਦਿਲਾਂ ਵਿੱਚ ਵਸਦੇ ਆਜ਼ੀਮ ਆਓ ਜ਼ਰਾ ਜਲਾਲ ਬਾਬਾ ਦੀ ਜ਼ਿੰਦਗੀ ਤੇ ਉਹਨਾਂ ਦੇ ਕਾਰਨਾਮੇ ਤੇ ਇੱਕ ਨਜ਼ਰ ਪਾ ਕੇ ਦੇਖਾਂ ਜੇ ਜਲਾਲ ਬਾਬਾ ਕੇ ਦੇ ਵਕਤ ਨਾਲ ਉਹ ਕਿਉਂ ਕਿਉਂ ਅੱਗੇ ਵਧੇ ਜਲਾਲ ਬਾਬਾ 1903 ਵਿੱਚ ਪੈਦਾ ਹੋਏ ਅਪਰ ਮਨਪੁਰਾ ਅਹਿਮਦਾਬਾਦ ਮੈਟ੍ਰਿਕ ਤੱਕ ਤਾਲੀਮ ਹਾਸਲ ਕੀਤੀ ਪਰ ਫਿਰ ਤਹਿਰੀਕ ਹਿਜਰਤ ਨਾਲ ਮੁਨਸਲਿਕ ਹੋ ਗਏ ਤੇ ਤਾਲੀਮ ਰਹਿ ਗਈ ਯਾਨੀ ਦੂਸਰੇ ਲਫ਼ਜ਼ ਮੈਟ੍ਰਿਕ ਪਾਸ ਨਾ ਕਰ ਸਕੇ ਜਵਾਨੀ ਜ਼ਮਾਨੇ ਵਿੱਚ ਵੀ ਇਹ ਗੱਲ ਖਾਸ ਹੁੰਦੀ ਆ ਜਵਾਨੀ ਦੇ ਜ਼ਮਾਨੇ ਵਿੱਚ ਵੀ ਉਹਨਾਂ ਦਾੜੀ ਰੱਖੀ ਸੀ ਉਸ ਵੇਲੇ ਜਲਾਲ ਬਾਬਾ ਇੱਕ ਹਿੰਦੂ ਬਣੀਏ ਨਾਲ ਕੰਮ ਕਰਦੇ ਜਿਹੜਾ ਉਹਨਾਂ ਦੀ ਦਾੜੀ ਦੀ ਵਜ੍ਹਾ ਨਾਲ ਉਹਨਾਂ ਅਕਸਰ ਜਲਾਲ ਬਾਬਾ ਆਖਦਾ ਹੁੰਦਾ ਹੈ ਬਸ ਇਹੀ ਵਜ੍ਹਾ ਇਸੀ ਵਜ੍ਹਾ ਨਾਲ ਲੋਕ ਵੀ ਜਲਾਲ ਬਾਬਾ ਆਖਣ ਲੱਗ ਗਏ ਇੰਜੂ ਜਵਾਨੀ ਵਿੱਚ ਹੀ ਇਹ ਜਲਾਲ ਬਾਬਾ ਬਾਬਾ ਜੀ ਇੱਕ ਸਫੇਦ ਪੋਸ਼ ਕਰਾਣੇ ਨਾਲ ਤਲਕ ਰੱਖਦੇ ਹੋਇਆ ਉਹਨਾਂ ਦਾ ਗੁਜ਼ਾਰਾ ਬਹੁ ਮੁਸ਼ਕਿਲ ਨਾਲ ਆਉਂਦਾ ਆ ਵਾਲਦ ਸਾਹਿਬ ਮਾਮੂਲੀ ਜੇ ਕਾਰੀਗਰ ਹੈ ਤੇ ਕੁੰਭਾ ਖਾਸਾ ਬੜਾ ਹੈ ਜਿਸ ਦਾ ਸਾਰਾ ਭਾਰ ਉਹਨਾਂ ਦੇ ਵਾਲਦ ਦੇ ਮੋਢੇ ਬਸ ਇਹ ਹਾਲਾਤ ਦੇਖਦੇ ਹੋਏ ਜਲਾਲ ਬਾਬਾ ਟੈਕਸੀ ਡਰਾਈਵਰ ਬਣ ਗਏ ਸ਼ੁਰੂ ਸ਼ੁਰੂ ਵਿੱਚ ਅਮੇਰੀਆ ਤੋਂ ਕਾਕੂਲ ਤੇ ਫਿਰ ਅਹਿਮਦਾਬਾਦ ਤੋਂ ਸ੍ਰੀਨਗਰ ਤਾਣੀ ਆਪਣੀ ਫੋਰਟ ਕਾਰ ਤੇ ਸਵਾਰੀਆਂ ਢੋਦੇ ਕਿਉਂਕਿ ਮਿਹਨਤੀ ਇਨਸਾਨ ਹੈ ਇਸ ਵਾਸਤੇ ਅੱਲਾਹ ਤਾਲਾ ਉਹਨਾਂ ਦੇ ਰਿਜ਼ਕ ਵਿੱਚ ਬਰਕਤ ਪਾਉਂਦਾ ਰਿਹਾ ਤੇ 1973 ਤੱਕ ਜਲਾਲ ਬਾਬਾ ਦੁਆਰੇ ਤੇ ਟਰਾਂਸਪੋਰਟਰਾਂ ਦੀ ਹੈਸੀਅਤ ਨਾਲ ਜਲਾਲ ਬਾਬਾ ਇੱਕ ਦਰਦਮੰਦ ਦਿਲ ਰੱਖਣ ਵਾਲੇ ਆਵਾਮੀ ਇਨਸਾਨ ਗਰੀਬਾਂ ਦੇ ਸਾਥੀ ਤੇ ਸਮਾਜਿਕ ਕਾਰਕੁਨ ਵੀ ਇਹੀ ਵਜ੍ਹਾ ਹੈ ਕਿ 1932 ਵਿੱਚ ਉਹਨਾਂ ਅਹਿਮਦਾਬਾਦ ਮਿਊਂਸਪਲ ਕਮੇਟੀ ਦਾ ਮੈਂਬਰ ਬਣਾਇਆ ਗਿਆ 1930 ਤੋਂ 1932 ਤੱਕ ਬਾਬਾ ਜੀ ਅੰਜਮਨੇ ਇਸਲਾਮੀਆ ਅਹਿਮਦਾਬਾਦ ਦੇ ਚੇਅਰਮੈਨ ਰਹੇ ਇਸਲਾਮੀਆ ਹਾਈ ਸਕੂਲ ਨੰਬਰ 2 ਅਹਿਮਦਾਬਾਦ ਦਾ ਹਾਈ ਸਕੂਲ ਦਾ ਦਰਜਾ ਦਿਲਵਾਣੇ ਦੇ ਜਲਾਲ ਬਾਬਾ ਦਾ ਕਿਰਦਾਰ ਖੂਬ ਅਹਿਮੀਅਤ ਰੱਖਦਾ ਇੱਥੇ ਗੱਲ ਖਾਸ ਤੌਰ ਤੇ ਹਾਲਾਂਕਿ ਰੈਲੇਵੈਂਟ ਨਹੀਂ ਲੇਕਿਨ ਮੈਂ ਖਾਸ ਤੌਰ ਤੇ ਕਰਨਾ ਕਿ 1904 ਵਿੱਚ ਇਨਾਮਾ ਇਕਬਾਲ ਅਹਿਮਦਾਬਾਦ ਆਏ ਤੇ ਮੀਰ ਵਲੀਉੱਲਾ ਦੇ ਵਾਲਿਦ ਮੌਲਵੀ ਸੁਲਤਾਨ ਮੀਰ ਜੀ ਦਾ ਵਕਤ ਹੈ ਇਸੀ ਸਕੂਲ ਯਾਨੀ ਨੰਬਰ 2 ਸਕੂਲ ਅਹਿਮਦਾਬਾਦ ਸ਼ਹਿਰ ਦੇ ਪੜ੍ਹੇ ਲਿਖੇ ਉੱਥੇ ਮੋਤਬਰ ਲੋਕ ਜਮ੍ਹਾਂ ਹੋਏ ਤੇ ਇਲਾਮਾ ਇਕਬਾਲ ਆਪਣਾ ਇੱਕ ਮਸ਼ਹੂਰ ਜ਼ਮਾਨਾ ਖੁਤਬਾ ਕੌਮੀ ਜ਼ਿੰਦੇ ਮੰਦੇ ਵਾਸਤੇ ਪੇਸ਼ ਕੀਤਾ ਜਿਹੜਾ ਬਾਅਦ ਵਿੱਚ ਰਸਾਲਾ ਮਕਸਦ ਨੇ ਚੱਪਿਆ ਲੇਕਿਨ 1904 ਵਿੱਚ ਇਹ ਹਾਈ ਸਕੂਲ ਨਹੀਂ ਹੈ ਇਹ ਮਿਡਲ ਸਕੂਲ ਜਲਾਲ ਬਾਬਾ ਦੀ ਜ਼ਿੰਦਗੀ ਸਰਾਸਰ ਆਵਾਮ ਦੀ ਖਿਦਮਤ ਵਾਸਤੇ ਵਕਫੀ ਇਸੀ ਵਜ੍ਹਾ ਨਾਲ ਬਰਤਾਨੀਆ ਸਰਕਾਰ ਤੋਂ ਉਹਨਾਂ ਖਾਨ ਬਹਾਦਰ ਤੇ ਖਾਨ ਸਾਹਿਬ ਦੇ ਖਿਤਾਬ 1935 ਵਿੱਚ ਅਹਿਮਦਾਬਾਦ ਸ਼ਹਿਰ ਵਿੱਚ ਖੌਫਨਾਕ ਕਿਸਮ ਦੀ ਅੱਗ ਲੱਗ ਗਈ ਜਿਸ ਦੀ ਵਜ੍ਹਾ ਨਾਲ ਮਰਕਜ਼ੀ ਬਾਜ਼ਾਰ ਜਾਮੇ ਮਸਜਿਦ ਅਹਿਮਦਾਬਾਦ ਤੇ ਹੋਰ ਕਈ ਇਮਾਰਤ ਜਿਹੜੀਆਂ ਸੜਕ ਛਾਈ ਹੋ ਗਈਆਂ ਇਸਲਾਮੀਆ ਹਾਈ ਸਕੂਲ ਦੀ ਸਕਦੇ
اس زمانے میں جلال بابا انہوں نے کوئی اور مخلص ہو گیا اگے بڑھ کے عوامی اور سماجی خدمت کی خاطر یہ سکول کی تعمیر بازار کی جامع مسجد کی تعمیر یہ انہوں نے عہد نوجوانی کا خاص واقعہ 1950 جلال بابا مدور اسلامی صوبہ سرحد چاہ کا ممبر بنا دیتا گیا اس تو پہلے 1948-1950 کے دوران جلال بابا ڈسٹرکٹ کسٹوڈین حیدرآباد کے میونسپل کمیٹی حیدرآباد کے ایڈمنسٹریٹر کے عہدے تے فائز 1951 میں جلال بابا کی شہرت اہم سماجی کارکردگی کی وجہ سے سینٹرل مالیاتی کمیٹی کراچی کی صوبہ سرحد چاہ دا ممبر ہونے دا بھی اعزاز حاصل ہوا 1947 میں جلال بابا ہزارہ مسلم لیگ دا صدر چنیا گیا یہ 1947 جلال بابا ہزارہ مسلم لیگ دا صدر چنیا گیا کہ وہ 14 سال تک اس صدر رہے جلال بابا مسلم لیگ دے وائس پریزیڈنٹ تے آل انڈیا مسلم لیگ کونسل دے ممبر تھے کچھ عرصے تک دہلی پارلیمنٹ دے ایم ایل اے بھی ہونے کا انعام اعزاز حاصل ہوا کہ انتخاب چنے 1951 میں صوبہ سرحد کے وزیر اعلی تے قائد اعظم دے قابل اعتبار ساتھی خان عبد القیوم خان جلال بابا دی دلوں قدر کرتے رہے جس کا ذکر انہوں نے اپنے خط وچ بھی کیتا خان عبد القیوم خان سمجھتے ہیں یہ ہزارے مسلم لیگ دی کامیابی صرف اور صرف جلال بابا دی محنت کر رہی ہے قائد اعظم محمد علی جناح 1946 میں خاص طور پہ جلال بابا ہزارہ مسلم لیگیاں ہزارے تو کن کے اپنے نال پشاور پہنچ اس زمانے میں صوبہ سرحد